ਤਾਂ ਜੀ ਹੁਣ ਗੱਲ ਕਰਦੇ ਹਾਂ ਥੈਂਕਸਗਿਵਿੰਗ ਡੇ ਔਰ ਬਲੈਕ ਫਰਾਈਡੇ ਦੀ ਔਰ ਤੁਹਾਨੂੰ ਲੈ ਕੇ ਚੱਲਦੇ ਹਾਂ ਕੈਲੀਫੋਰਨੀਆ ਦੇ ਸੈਕਰਾਮੈਂਟੋ ਇਲਾਕੇ ਦੇ ਵਿੱਚ ਜਿੱਥੇ ਚੀਨਾ ਜਵੈਲਰਸ ਨੇ ਇਸ ਦਿਨ ਲਗਾਈ ਸੀ ਇੱਕ ਵਿਸ਼ੇਸ਼ ਸੇਲ ਔਰ ਗ੍ਰਾਹਕਾਂ ਨੂੰ ਦਿੱਤੇ ਸੀ ਕਈ ਸਾਰੇ ਡਿਸਕਾਊਂਟ ਔਰ ਸਭ ਤੋਂ ਵੱਡਾ ਇਨਾਮ ਉਹਨਾਂ ਨੇ ਦਿੱਤਾ ਇੱਕ ਕਾਰ। ਅਸੀਂ ਅੱਜ ਪਹੁੰਚੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਸਟਾਕਟਨ ਬੁਲੇਵਾਰਡ ਦੇ ਉੱਤੇ ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਕਿ ਚੀਨਾ ਜੂਲਰ ਦੇ ਸਾਹਮਣੇ ਬਹੁਤ ਵੱਡੇ ਵੱਡੇ ਟੈਂਟ ਲੱਗੇ ਹੈਗੇ ਆ ਔਰ ਲੋਕ ਲਾਈਨਾਂ ਦੇ ਵਿੱਚ ਖੜ੍ਹੇ ਹੈਗੇ ਆ। ਇੰਦਰਜੀਤ ਉਹਨਾਂ ਨੇ ਚੀਨਾ ਜੂਲਰ ਵਾਲਿਆਂ ਨੇ ਕਾਰ ਵੀ ਗਿਫਟ ਵਿੱਚ ਕੱਢਣੀ ਆ, ਰੈਫਲਸ ਪੈਣਗੀਆਂ, ਰੈਫਲ ਜਿਹੜਾ ਜਿੱਤੂਗਾ ਜਿੰਨੇ ਕਸਟਮਰ ਆਏ ਹੈਗੇ ਆ ਉਹਨਾਂ ਨੂੰ ਕਾਰ ਵੀ ਗਿਫਟ ਵਿੱਚ ਮਿਲੂਗੀ। ਲਓ ਜੀ ਸਾਰਿਆਂ ਨੇ ਗੱਲ ਦੱਸੀ, ਸਾਰੇ ਅੱਗੇ ਅੱਗੇ ਆ ਜਾਓ ਜੀ, ਤੁਹਾਨੂੰ ਮੈਂ ਦੱਸਣ ਲੱਗਾ ਕਾਰ ਕਿਹਦੀ ਨਿਕਲੀ ਆ। ਆ ਜਾਓ ਜੀ, ਆ ਜਾਓ। ਹੈਲੋ, ਅੱਛਾ ਜੀ, ਮੈਨੂੰ ਸਿਰਫ਼ ਇਹ ਦੱਸੋ ਪਹਿਲਾਂ ਕਿ ਕਾਰ ਦੀ ਜਿਹੜੀ ਪਰਚੀ ਕਿਹਦੀ ਕਿਹਦੀ ਹੈਗੀ ਆ, ਹੱਥ ਖੜੇ ਕਰ ਦਿਓ ਇੱਕ ਇੱਕ ਕਰਨਾ। ਹਾਂਜੀ, ਕੀ ਬਾਤ ਹੈ, ਕਿਹਨੂੰ ਲੱਗਦਾ ਕਿ ਕਾਰ ਕਿਹਦੀ ਨਿਕਲੂਗੀ? ਮੇਰੀ, ਤੁਹਾਡੀ ਨਿਕਲੂਗੀ? ਹਾਂਜੀ। ਸੋ ਸਿੱਧਾ ਤੁਸੀਂ ਕੰਫੀਡੈਂਸ ਕਿੱਦਾਂ ਲਿਆ ਕਾਰ ਨੂੰ? ਮੈਨੂੰ ਪਤਾ। ਓਕੇ, ਮੰਨ ਲਓ, ਓਕੇ, ਅੱਛਾ ਜੀ, ਇੱਕ ਸੈਕਿੰਡ, ਮੰਨ ਲਓ ਕਿ ਤੁਹਾਡੀ ਗੱਡੀ ਨਿਕਲਿਆ ਇਨਾਮ ਦੇ ਵਿੱਚ, ਤੁਸੀਂ ਘਰ ਕਿੱਦਾਂ ਜਾਓਗੇ ਫਿਰ? ਮੈਂ ਘਰ ਤਾਂ ਆਪਣੀ ਕਾਰ ਤੇ ਜਾਊਂਗੀ, ਮੈਨੂੰ ਲੱਗਦਾ। ਤਾਂ ਫਿਰ ਦੂਜੀ ਕਾਰ ਫਿਰ ਮੈਨੂੰ ਦੇ ਜਿਓ। ਥੈਂਕ ਯੂ ਵੈਰੀ ਮਚ। ਹਾਂ, ਠੀਕ ਹੈ, ਯੂ ਆਰ ਮੋਰ ਦੈਨ ਵੈਲਕਮ। ਨਾਈਸ ਆਨਸਰ। ਹਾਂਜੀ, ਓਕੇ ਜੀ, ਅੱਜ ਜਿਹੜਾ ਵੀ ਇਹ ਚੀਨਾ ਜੂਲਰ ਵਾਲਿਆਂ ਨੇ ਅੱਜ ਇਹ ਪ੍ਰੋਗਰਾਮ ਕੀਤਾ ਹੈਗਾ ਆ, ਕੱਲ੍ਹ ਤੋਂ ਚੱਲ ਰਿਹਾ ਹੈਗਾ ਆ, ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਸਾਡੀ ਮੰਨ ਲਓ ਇੰਡੀਅਨ ਕਮਿਊਨਿਟੀ, ਪੰਜਾਬੀ ਭਾਈਚਾਰਾ ਇੱਥੇ ਹੈਗਾ ਆ, ਉਹਨਾਂ ਲਈ ਇਹ ਲਾਹੇਵੰਦ ਆ ਇਹ 2 ਦਿਨ ਹਰ ਸਾਲ ਦੇ ਵਿੱਚ ਜਾ ਕੇ ਸਰ ਗੈਟ ਟੂਗੈਦਰ ਹੁੰਦੇ ਆ? ਨਹੀਂ, ਬਹੁਤ ਜ਼ਿਆਦਾ, ਦੇਅਰ ਸੇਲਸ ਆਰ ਵੈਰੀ ਜੈਨੂਇਨ। ਜਿੰਨੀਆਂ ਮੈਂ ਇੱਥੇ ਕਾਫੀ ਪਹਿਲੇ ਵੀ ਆ ਕੇ ਦੇਖਿਆ, ਵਾਕਈ ਪ੍ਰਾਈਸਿਸ ਆਰ 50-70% ਆਫ, ਸੋ ਆਮ ਵੈਰੀ ਇੰਪ੍ਰੈਸਡ। ਸੋਨਾ ਵਧੀਆ ਹੁੰਦਾ ਹੈ? ਹਾਂਜੀ, ਸੋਨਾ ਬਹੁਤ ਸੋਹਣਾ, ਬਹੁਤ ਫਸਟ ਕਲਾਸ। ਮੈਂ ਇਹਨਾਂ ਤੋਂ ਲੈ ਕੇ ਗਈ ਹਾਂ ਗਜਰੇ, ਸਾਰਿਆਂ ਨੇ ਪੁੱਛਿਆ ਕਿੱਥੋਂ ਲਿੱਤੇ ਆ, ਸੋ ਵੈਰੀ ਨਾਈਸ। ਜਿਹੜਾ ਹੁਣ ਸੋਨੇ ਦਾ ਕੜਾ ਬਣਾਉਂਦੇ ਹੋ, ਜੇ ਟਾਂਕਾ ਵੀ ਸੋਨੇ ਦਾ ਲਾਉਂਦੇ ਆ ਕੜੇ? ਹਾਂਜੀ, ਟਾਂਕਾ ਵੀ ਸੋਨੇ ਦਾ ਲਗਾਉਂਦੇ ਜੀ। ਹੋ ਸਕਦਾ, ਵੈਸੇ ਯਕੀਨ ਵਾਲੀ ਗੱਲ ਹੈ ਨਹੀਂ ਗੀ। ਤੁਸੀਂ ਇੱਧਰ ਆਓ ਅੱਗੇ, ਜਰਾ ਤੁਸੀਂ ਪਿੱਛੇ ਪਿੱਛੇ ਗੱਲ, ਭਾਜੀ ਆ ਜਾਓ ਜਰਾ ਇੱਕ ਮਿੰਟ। ਲਓ ਜੀ, ਵੈਸੇ ਕਾਰ ਨਿਕਲੀ ਆ, ਕਾਰ ਨਿਕਲੀ ਕਿੱਧਰੋਂ ਆ? ਕਾਰ ਤਾਂ ਹਲੇ ਬਾਹਰ ਖੜ੍ਹੀ ਹੈਗੀ ਆ, ਤੁਹਾਨੂੰ ਆਪਾਂ ਬਾਹਰ ਲੈ ਕੇ ਚੱਲਦੇ ਹਾਂ ਕਾਰ ਦੇ ਕੋਲ। ਉੱਥੇ ਫਿਰ ਸਾਰੇ ਜਿਹਨਾਂ ਜਿਹੜਿਆਂ ਦੀ ਉਮੀਦ ਹੈਗੀ ਆ ਕਿ ਅੱਜ ਉਹਨਾਂ ਨੇ ਕਾਰ ਜਿਹੜੀ ਹੈਗੀ ਆ ਘਰ ਲੈ ਕੇ ਜਾਣੀ ਆ, ਪਰ ਗੱਲ ਸਿਰਫ ਇਹੀ ਹੈ, ਇਸ ਵੇਲੇ ਮਸਲਾ ਇਹ ਆ ਕਿ ਜੇ ਕਾਰ ਨਿਕਲੇ ਉਹ ਘਰ ਲੈ ਕੇ ਕਿੱਦਾਂ ਕਾਰ ਘਰ ਕਿੱਦਾਂ ਜਾਣਗੇ, ਕੋਈ ਪਹਿਲਾਂ ਕਾਰ ਉਹਨਾਂ ਕੋਲ ਹੈਗੀ ਆ? ਇਹ ਸਾਬ ਇੰਡੀਆ ਵਾਲਾ ਤਾਂ ਹੈ ਨਹੀਂ ਕਿ ਇੱਕ ਸਾਈਕਲ ਹੁੰਦਾ ਸੀ ਨਾਲ, ਸਾਈਕਲ ਫੜ ਕੇ ਲੈ ਜਾਓ। ਅਸੀਂ ਆਪਣੀ ਕਾਰ ਟੋ ਕਰਾ ਲਾਂਗੇ, ਅਸੀਂ ਨਵੀਂ ਕਾਰ 'ਚ ਡਰਾਈਵ ਕਰਕੇ ਕਾਰ ਚੱਲ ਜਾਂਗੇ। ਇਹ ਬਿਲਕੁਲ ਇਹਨਾਂ ਸਹੀ ਆਂਸਰ ਆ, ਤੇ ਕਾਰ ਇਹਨਾਂ ਨੂੰ ਮਿਲਣੀ ਚਾਹੀਦੀ ਆ। ਪਰ ਹੁਣ ਇੰਦਰਜੀਤ ਦੇਖੋਗੇ ਲਾਟਰੀ ਕਿਹਦੀ ਕੱਢਣੀ ਹੈ, ਹੁਣ ਇਹ ਦੇਖੋ ਬਹੁਤ ਜ਼ਿਆਦਾ ਕੋਈ ਹੁਣ ਹੈ ਨਹੀਂ, ਐਕਸਾਈਟਮੈਂਟ ਸਾਰਿਆਂ ਦੇ ਚਿਹਰੇ ਦੇ ਉੱਤੇ ਹੈਗੀ ਆ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਜਸ ਪੰਜਾਬੀ, ਤਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇੰਦਰਜੀਤ ਸਿੰਘ ਔਰ ਉਹਨਾਂ ਦੇ ਫਾਦਰ ਅੱਜ ਜਿਹੜੀ ਉਹਨਾਂ ਨੇ ਇਹ ਮੱਲ ਮਾਰੀ ਆ, ਮਿਹਨਤ ਕੀਤੀ ਹੈਗੀ ਆ ਸਾਰੀ ਕਮਿਊਨਿਟੀ ਦੇ ਲਈ, ਚੀਨਾ ਜੂਲਰਸ ਦੇ ਉੱਤੇ ਜਿਹੜਾ ਕਿ ਸਟਾਕਟਨ ਬੁਲੇਵਾਰਡ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਹੈਗਾ ਆ। 2 ਦਿਨ ਤੋਂ ਭਾਰੀ ਸੇਲ ਹਰ ਸਾਲ ਲੱਗਦੀ ਹੈ, ਪਿਛਲੇ 10 ਸਾਲ ਤੋਂ ਸੇਲ ਲਗਾਉਂਦੇ ਆਏ ਹੈਗੇ ਆ, ਆਉਂਦੇ ਸਾਲ ਵੀ ਲੱਗੂਗੀ। ਇਹਨਾਂ ਨੂੰ ਆਪਾਂ ਕਹਿੰਦੇ ਕਿ 3 ਦਿਨ ਕਰ ਦਿਓ, ਅਗਲਾ ਸ਼ਨੀਵਾਰ ਆਉਂਦਾ ਹੈਗਾ, ਸ਼ਨੀਵਾਰ ਨੂੰ ਵੀ ਫਿਰ ਇੱਥੇ ਥੋੜ੍ਹਾ ਜਿਹਾ ਖਾਣ ਪੀਣ ਦਾ ਪ੍ਰੋਗਰਾਮ ਚੱਲਦਾ ਰਹੂਗਾ। ਲਓ ਜੀ, ਵੇਖੋ ਫਿਰ ਚਮਕਾਂ ਮਾਰਦੀ ਪਈ ਹੈ ਇਹ ਸਿਲਵਰ ਕਲਰ ਦੀ ਕਾਰ ਫੋਰਡ ਕੰਪਨੀ ਦੀ, ਅਤੇ ਬਾਕੀ ਸਾਰਿਆਂ ਦੇ ਚਿਹਰੇ ਦੇ ਉੱਤੇ ਵੀ ਦੇਖੋ ਚਮਕ ਆਈ ਪਈ ਹੈ ਇਸ ਵੇਲੇ ਕਾਰ ਦੇ ਲਈ। ਐਨ ਸਾਰੇ ਹੁਣ ਇਸ ਇੰਤਜ਼ਾਰ ਦੇ ਵਿੱਚ ਆ ਕਿ ਕਾਰ ਨਿਕਲੂਗੀ ਤਾਂ ਨਿਕਲੂਗੀ ਕਿਹਦੀ, ਜਾਂ ਇਹ ਕਹਿ ਸਕਦੇ ਪੰਜਾਬੀ ਕਹੀਏ ਕਾਰ ਕਿਹਦੇ ਨਾਲ ਨਿਕਲੂਗੀ। ਚਲੋ ਆਪਾਂ ਦੇਖ ਲੈਂਦੇ ਹਾਂ ਉੱਥੇ ਦੀ, ਉੱਥੇ ਇੱਦਾਂ ਨਹੀਂ, ਸੰਗਤ ਦੇ ਵਿੱਚ ਖੜ੍ਹ ਕੇ ਜਰਾ ਸਾਹਮਣੇ ਲਓ ਜੀ। ਲਓ ਜੀ, ਸਾਰੇ ਆ ਰਹੇ ਹੈਗੇ ਆ, ਕਿਸਮਤ ਦਾ ਹੱਥ ਮਾਰਦੇ ਆ। ਓਕੇ ਜੀ, ਆ ਜੀ, ਤੁਸੀਂ ਵੀ ਆ ਜਾਓ ਜੀ। ਆ ਬੀਜੀ ਉਹਨਾਂ ਦਾ ਜ਼ਰੂਰ ਲਵਾਓ। ਵਾਹ, ਮਿਕਸ ਕਰ ਦਿਓ ਜੀ, ਨਿਕਲੇ ਵੀ। ਹਾਂਜੀ, ਵਾਹ ਜੀ ਵਾਹ, ਲਾ ਦਿਓ ਜੀ। ਇਹਨਾਂ ਦੇ ਮਨ ਦੇ ਵਿੱਚ ਹੈਗਾ ਆ, ਇਹ ਵੀ ਆ ਕੇ ਹੱਥ ਮਾਰ ਗਿਆ। ਆਓ ਜੀ, ਲਓ ਜੀ, ਇਹ ਤੋਂ ਪਹਿਲਾਂ ਕਿ ਆਪਾਂ ਲਾਟਰੀ ਕੱਢੀਏ, ਹਾਂਜੀ, ਤੁਸੀਂ ਹੁਣ ਇਸ ਵੇਲੇ ਜਿਹੜੀ ਆਪਣੇ ਇੰਡੀਅਨ ਪੰਜਾਬੀ ਕਮਿਊਨਿਟੀ ਹੈਗੀ ਆ, ਜਾਂ ਜਿੰਨੇ ਕੈਲੀਫੋਰਨੀਆ ਵਿੱਚ ਦੂਰ ਦੁਰਾਡੇ ਇਸ ਵੇਲੇ ਤੁਹਾਨੂੰ ਦੇਖ ਰਹੇ ਹੈਗੇ ਆ, ਹਾਂਜੀ, ਉਹਨਾਂ ਨੂੰ ਤੁਸੀਂ ਕਿਹੜੇ ਇੱਕੋ ਲਫ਼ਜ਼ਾਂ ਦੇ ਨਾਲ ਧੰਨਵਾਦ ਕਰਨਾ ਚਾਹੁੰਦੇ ਹੈਗੇ ਕਿ ਜਿਹੜੇ ਤੁਹਾਨੂੰ ਹਰ ਵਾਰੀ ਆ ਕੇ ਇਨਕਰੇਜ ਕਰਦੇ ਇਹਨਾਂ ਕੰਮਾਂ ਦੇ ਲਈ, ਔਰ ਤੁਸੀਂ ਹਮੇਸ਼ਾ ਉਡੀਕ 'ਚ ਰਹਿੰਦੇ ਹੈਗੇ ਆ ਕਿ ਇਸ
ਆ ਜਿਹੜੇ ਤੁਹਾਡੇ ਜੰਗਲੇ ਆਇਆ ਹੋਇਆ ਜੇਲ੍ਹ ਟਾਈਪ ਦੇ, ਕਿ ਇਹਦੇ ਅੰਦਰ ਆ ਕੇ ਸੋਨਾ ਖਰੀਦ ਕੇ ਆਪਾਂ ਨੂੰ ਘਰਾਂ ਨੂੰ ਲੈ ਕੇ ਜਾਣ, ਅਗਰ ਆਪਣੀਆਂ ਬੱਚੀਆਂ ਹੈਗੀਆਂ ਉਹਨਾਂ ਨੂੰ ਦੁਲਹਨ ਬਣਾਉਣ, ਔਰ ਜਿਸਲੇ ਵੀ ਕਈ ਦਿਨ ਤਿਉਹਾਰ ਆਉਂਦੇ ਉਸਲੇ ਸੋਨਾ ਖਰੀਦਣ। ਸੋ ਹਾਊ ਯੂ ਵਾਂਟ ਟੂ ਸੇ ਥੈਂਕ ਯੂ ਟੂ ਦੈਮ? ਮੈਂ ਜੀ ਕੋਈ ਸ਼ਬਦ ਨਹੀਂ ਮੇਰੇ ਕੋਲ ਥੈਂਕ ਯੂ ਕਰਨ ਦਾ, ਇਹਨਾਂ ਦੇ ਬਦੌਲਤ ਹੀ ਮੈਂ ਸਾਰੇ ਕੰਮ ਕਰ ਸਕਦਾ। ਜੰਗਲੇ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਵੇਰੇ ਆਪ ਜਾਂਦਾ, ਫਿਰ ਸਭ ਨੂੰ ਬੁਲਾਉਣਾ ਅਤੇ ਬਾਹਰ ਇਹਨਾਂ ਨੂੰ ਦੇਣਾ, ਪਰ ਜੰਗਲੇ ਦੇ ਅੰਦਰ ਮੈਂ ਹੀ ਰਹਿੰਦਾ ਖੁਦ। ਪਰ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ, ਆਈ ਮੈਨੂੰ ਸਪੋਰਟ ਕਰਨ ਸਾਰੇ ਜਣੇ, ਅਤੇ ਮੈਂ ਹੋਰ ਵੀ ਵੱਧ ਕੇ ਵਧੀਆ ਵਧੀਆ ਕਰੂੰਗਾ ਕੰਮ ਇਹਨਾਂ ਵਾਸਤੇ। ਸਾਰਾ ਸਟਾਫ ਇਸ ਵੇਲੇ ਉਹਨਾਂ ਦੇ ਨਾਲ ਖਲੋਤਾ ਹੈਗਾ, ਔਰ ਜਿਹੜੇ ਇੱਧਰਲੇ ਪਾਸੇ ਉਹਨਾਂ ਦੇ ਮੇਰੇ ਸੱਜੇ ਹੱਥ ਉਹਨਾਂ ਦੇ ਖੱਬੇ ਹੱਥ ਜਿਹੜੇ ਬੰਦੇ ਖੜ੍ਹੇ ਆ, ਉਹ ਇਸ ਗੱਲ ਦੇ ਵਿੱਚ ਆ ਕਿ ਕਿਹਦੀ ਕਾਰ ਨਿਕਲੂਗੀ, ਔਰ ਇੱਧਰਲੇ ਪਾਸੇ ਸਾਰਾ ਸਟਾਫ ਹੈ ਉਹ ਵੀ ਇਸ ਉਮੀਦ ਦੇ ਵਿੱਚ ਹੈ ਕਿ ਜਦੋਂ ਸਵੇਰ ਦੇ ਉਹ ਸਾਰੇ ਸੇਲ ਕਰ ਰਹੇ ਆ ਤਾਂ ਕਿਹੜਾ ਅੱਜ ਇਸ ਕਾਰ ਦਾ ਵਿਨਰ ਬਣੇਗਾ। ਲਓ ਜੀ, ਪ੍ਰਦੀਪ ਸੰਧੂ ਦੀ ਵਿਨਰ ਹੂ ਦਾ ਪ੍ਰਦੀਪ ਸੰਧੂ ਜੀ ਨਾਓ ਚੀਨਾ ਜੂਲਰ 'ਤੇ ਜਿਹੜੀ ਕਾਰ ਨਿਕਲੀ ਹੈਗੀ ਆ ਉਹਦੇ ਲਈ ਹੁਣ ਇਸ ਵੇਲੇ ਗਿਫਟ ਲੈਣ ਲਈ ਪਰਿਵਾਰ ਇੱਥੇ ਹੈਗਾ ਆ, ਸੰਧੂ ਪਰਿਵਾਰ। ਵਾਹ ਜੀ ਵਾਹ, ਇੰਦਰਜੀਤ ਜੀ ਔਰ ਉਹਦੇ ਨਾਲ ਦੇਖੋ ਦੇਣ ਜਾ ਰਿਹਾ ਹੈ ਚਾਬੀ। ਚਲੋ ਜੀ ਦਿਓ ਜੀ ਕਾਰ ਦੀ ਚਾਬੀ ਪਕੜਾਓ। ਵਾਹ ਜੀ ਵਾਹ, ਵੈਰੀ ਗੁੱਡ, ਬਾਕੀ ਸਾਰੇ ਤਾੜੀਆਂ ਮਾਰ ਦਿਓ ਨਾ ਮਾੜੀਆਂ ਜੀ, ਵੈਰੀ ਗੁੱਡ। ਸੋ ਪਤਾ ਲੱਗਾ ਹੈਗਾ ਕਿ ਜਿਹੜੀ ਕੁੜੀ ਦੀ ਕਾਰ ਨਿਕਲੀ ਹੈ ਉਹਨਾਂ ਵਿਆਹ ਹੋਣ ਵਾਲਾ ਹੈ ਨਾ ਜੀ, ਵਿਆਹ ਦੇ ਉੱਤੇ ਨਾਲ ਦੇ ਨਾਲ ਇਹ ਗਿਫਟ ਮਿਲਿਆ ਹੈਗਾ। ਕੋਂਗਰੈਚੁਲੇਸ਼ਨ ਅਦਾਰਾ ਜਸ ਪੰਜਾਬੀ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ, ਜਸ ਬ੍ਰੌਡਕਾਸਟਿੰਗ ਵੱਲੋਂ ਤੁਹਾਡਾ ਜਿਹੜਾ ਕਾਰ ਇਨਾਮ ਨਿਕਲਿਆ ਉਹਦੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਜੁਲਰੀ ਖਰੀਦੀ ਔਰ ਉਹ ਤੋਂ ਬਾਅਦ ਬੜੇ ਅੱਛੇ ਇਰਾਦੇ ਦੇ ਨਾਲ ਕਾਰ ਵੀ ਤੁਹਾਨੂੰ ਮਿਲੀ ਹੈਗੀ ਹੈ, ਔਰ ਖਾਸ ਤੌਰ 'ਤੇ ਚੀਨਾ ਜੂਲਰ ਤੋਂ ਇੰਦਰ ਜੀ ਔਰ ਸਾਰਾ ਜਿਹੜਾ ਚੀਨਾ ਜੂਲਰ ਦਾ ਪਰਿਵਾਰ ਹੈਗਾ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਥੈਂਕ ਯੂ ਜੀ। ਅਤੇ ਜੇ ਗੱਲ ਕਰ ਰਹੇ ਅਸੀਂ ਥੈਂਕਸਗਿਵਿੰਗ ਡੇ ਔਰ ਬਲੈਕ ਫਰਾਈਡੇ ਦੀ, ਤੁਹਾਨੂੰ ਲੈ ਕੇ ਚੱਲਦੇ ਹਾਂ ਸੈਕਰਾਮੈਂਟੋ ਦੇ ਟ੍ਰੇਡਮਾਰਕ ਪੀਜ਼ਾ, ਜਿਨ੍ਹਾਂ ਨੇ ਇਸ ਦਿਨ ਵਾਸਤੇ ਇੱਕ ਲਗਾਈ ਸੀ ਸਪੈਸ਼ਲ ਸੇਲ, ਔਰ ਜਿੱਥੇ ਪਹੁੰਚੇ ਸੀ ਸੈਂਕੜਾ ਲੋਕ। ਆਓ ਵੇਖਦੇ ਹਾਂ ਇਹ ਤਸਵੀਰਾਂ। ਪੀਜ਼ਾ, ਓ ਹੋ, ਪਤਾ ਨਹੀਂ ਇਹ ਪੀਜ਼ੇ ਦੀ ਗੱਲ ਕਿੱਥੋਂ ਆ ਗਈ ਹੈਗੀ ਆ। ਮੈਂ ਅੱਜ ਆਇਆ ਹੈਗਾ ਆ ਟ੍ਰੇਡਮਾਰਕ ਪੀਜ਼ਾ ਦੇ ਉੱਤੇ, ਤੁਸੀਂ ਦੇਖ ਰਹੇ ਹੈਗੇ ਮੈਂ ਟ੍ਰੇਡਮਾਰਕ ਪੀਜ਼ਾ। ਕਾਰਨ ਪਤਾ ਕੀ ਹੋਇਆ ਕਿ ਜਿੱਦਾਂ ਹੁਣ ਤੁਹਾਡੇ ਥੈਂਕਸ ਗਿਵਿੰਗ ਲਈ ਆਪਾਂ ਆਇਓ ਸੀਗੇ ਚੀਨਾ ਜੂਲਰ ਦੇ ਉੱਤੇ, ਉਸ ਤੋਂ ਬਾਅਦ ਭੁੱਖ ਬਹੁਤ ਲੱਗੀ, ਉੱਥੇ ਮੈਨੂੰ ਮਿਲਿਆ ਜਤਿੰਦਰ ਸਿੰਘ ਬ੍ਰੈਚ, ਕਹਿੰਦੇ ਭਾਅ ਜੀ ਸਾਡੇ ਪੀਜ਼ਾ ਤੁਸੀਂ ਆ ਕੇ ਤੁਸੀਂ ਸਾਡੇ ਨਾਲ ਆ ਕੇ ਕੀ ਕਰਨਾ, ਲੰਚ ਕਰਨਾ। ਮੈਂ ਕਿਹਾ ਲੰਚ ਨਹੀਂ ਕਰਨਾ ਜੀ, ਆਪਾਂ ਬ੍ਰੰਚ ਕਰ ਲਾਂਗੇ। ਪਰ ਫਿਰ ਵੀ ਚੱਲਦੇ ਚੱਲਦੇ ਇੱਦਾਂ ਹੋ ਗਿਆ, ਔਰ ਮੈਂ ਜਦੋਂ ਆਇਆ ਜਾਂ ਇੱਥੇ ਇੱਕ ਭਾਈ ਸਾਹਿਬ ਸੀਗੇ, ਉਹਨਾਂ ਦੀ ਛੋਟੀ ਜਿਹੀ ਦਾੜੀ ਇੱਥੇ ਇੱਦਾਂ ਕਰਕੇ, ਮੈਂ ਕਿਹਾ ਹਾਂਜੀ ਮਹਾਰਾਜ ਬੜੈਚ ਸਾਹਿਬ ਕਿੱਥੇ ਆ, ਜਤਿੰਦਰ ਸਿੰਘ ਬੜੈਚ? ਉਹ ਕਹਿੰਦੇ ਜੀ ਜਤਿੰਦਰ ਸਿੰਘ ਬੜੈਚ ਤਾਂ ਹਲੇ ਆ ਰਿਹਾ ਕਿ ਮੈਂ ਅਨਿਲ ਨਈਅਰ ਹਾਂ। ਓ ਮਾਈ ਗਾਡ, ਜਤਿੰਦਰ ਸਿੰਘ ਬੜੈਚ ਅਤੇ ਅਨਿਲ ਨਈਅਰ, ਵੈਸੇ ਇਹ ਦੋਨੋਂ ਜਣੇ ਇਕੱਠੇ ਇਹ ਕਰ ਰਹੇ ਹੈਗੇ, ਮੇਰਾ ਕਿ ਫਰੈਂਚਾਈਜ਼ ਹੋ ਰਿਹਾ ਬਹੁਤ ਜਲਦੀ। ਪਰ ਗੱਲ ਇਹ ਹੈ ਕਿ ਪੀਜ਼ੇ ਦਾ ਸਟਾਈਲ ਬਹੁਤ ਹੀ ਇੱਕ ਅਲੱਗ ਤਰੀਕੇ ਦਾ ਇੱਥੇ ਹੈਗਾ, ਕਿ ਇੱਕ ਤਾਂ ਹੁੰਦਾ ਕਿ ਤੁਸੀਂ ਪੀਜ਼ੇ ਦਾ ਔਡਰ ਕਰਤਾ ਜੀ ਆਹ ਕਰ ਦਿਓ, ਪਰ ਇੱਥੇ ਤੁਸੀਂ ਆਪਣੇ ਮੁਤਾਬਕ ਆਪਣੀ ਜ਼ਰੂਰਤ ਦੇ ਮੁਤਾਬਕ ਤੁਸੀਂ ਚਾਹੁੰਦੇ ਆ ਕਿ ਜਿਹੜੇ ਪੀਜ਼ਾ ਹੈਗਾ ਆ ਉਹਦੇ ਵਿੱਚ ਤਾਜ਼ੀਆਂ ਫਰੈਸ਼ ਜਿਹੜੀਆਂ ਹੈਗੀਆਂ ਉਹ ਵੈਜੀਟੇਬਲਸ ਪਾਈਆਂ ਜਾਣ, ਜਾਂ ਤੁਸੀਂ ਮੀਟ ਚਾਹੁੰਦੇ ਹੈਗੇ ਆ ਤੁਸੀਂ ਇਸ ਕਾਊਂਟਰ 'ਤੇ ਆਉਂਦੇ ਹੈਗੇ ਆ, ਇੱਥੋਂ ਸਟਾਰਟ ਹੋ ਜਾਂਦਾ। ਔਰ ਉਸ ਤੋਂ ਪਹਿਲਾਂ ਦੇਖੋ ਉੱਪਰ ਤਾਂ ਇੱਕ ਲਿਖਿਆ ਹੈਗਾ ਕਿ ਤੁਸੀਂ ਕਿਸ ਤਰੀਕੇ ਦਾ ਪੀਜ਼ਾ ਚਾਹੁੰਦੇ ਹੈਗੇ ਆ, ਉਹਦੇ ਵਿੱਚ ਕੀ ਹੋਣਾ ਚਾਹੀਦਾ ਹੈਗਾ। ਵੈਸੇ ਇਹ ਐਡ ਨਹੀਂ ਹੈਗੀ ਹਲੇ, ਇਹ ਥੋੜ੍ਹਾ ਜਿਹਾ ਆਪਾਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਭੁੱਖ ਬਹੁਤ ਲੱਗੀ ਹੈ। ਪਰ ਉਹ ਤੋਂ ਪਹਿਲਾਂ ਮੈਂ ਜਲਦੀ ਦੱਸਦਾ ਕਿ ਮੈਂ ਔਡਰ ਕਰਨਾ ਹੈਗਾ। ਮੈਨੂੰ ਜੋ ਪਤਾ ਲੱਗਾ ਹੈਗਾ ਕਿ ਇੱਥੇ ਆ ਕੇ ਤੁਸੀਂ, ਔਰ ਜਿਹੜੀ ਸਭ ਤੋਂ ਵੱਡੀ ਗੱਲ ਮੈਨੂੰ ਪਤਾ ਲੱਗੀ ਆ ਕਿ ਆਹ ਤੁਸੀਂ ਮੁੰਡਾ ਦੇਖ ਰਿਹਾ ਮਸ਼ੀਨ 'ਤੇ ਕੰਮ ਕਰਦਾ, ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਕਿ ਇਹ ਜਿਹੜੀ ਡੋਹ ਹੈਗੀ ਆ ਇਹ ਦਿਨ ਦੇ ਵਿੱਚ 4-5 ਵਾਰੀ ਬਣਾਉਂਦੇ ਆ, ਔਰ ਤਾਜ਼ੀ ਬਣਾਉਂਦੇ ਹੈਗੇ ਆ ਡੋਹ ਬਣਾ ਕੇ। ਫਿਰ ਇਹ ਨਹੀਂ ਕਿ ਉਹ ਹੱਥ ਦੇ ਨਾਲ ਕਰਨਾ ਕੁਛ ਇੱਦਾਂ, ਮਸ਼ੀਨ ਹੈਗੀ ਹੈ ਜਿਹੜੀ ਉਹਦਾ ਪ੍ਰੋਪਰ ਸਾਈਜ਼ ਨੂੰ ਤਿਆਰ ਕਰ ਦਿੰਦੀ ਹੈਗੀ ਆ। ਔਰ ਉਸ ਤੋਂ ਬਾਅਦ ਤੁਸੀਂ ਇੱਥੇ ਆਉਂਦੇ ਹੈਗੇ ਆ, ਤੁਹਾਨੂੰ ਸੌਸ ਕਿਹੜਾ ਚਾਹੀਦਾ, ਡਿਫਰੈਂਟ ਡਿਫਰੈਂਟ ਸੌਸਿਸ ਹੈਗੇ ਆ, ਔਰ ਉਸ ਤੋਂ ਬਾਅਦ ਤੁਸੀਂ ਚੀਜ਼ ਕਿਹੜਾ ਪਾਉਣਾ ਉਹਦੇ ਉੱਤੇ, ਔਰ ਉਸ ਤੋਂ ਬਾਅਦ ਤੁਸੀਂ ਮੈਕਰੋਨੀ ਜਾਂ ਤੁਸੀਂ ਕੀ ਕਰਨਾ ਹੈਗਾ। ਫਿਰ ਇੱਦਾਂ ਹੀ ਕਰਦੇ ਤਾਂ ਲਓ ਜਿੱਦਾਂ ਮੈਂ ਚੱਲਣਾ ਹੈਗਾ ਕਿ ਪੀਜ਼ੇ ਦਾ ਔਡਰ ਮੈਂ ਵੈਸੇ ਆਲਰੇਡੀ ਕਰ ਚੁੱਕਾ ਹੈਗਾ ਆ। ਤਾਂ ਇੱਕ ਜਿਹੜੀ ਖਾਸ ਗੱਲ ਹੈਗੀ ਆ, ਕੁੜੀਆਂ ਬਹੁਤ ਸੋਹਣੀਆਂ ਕੰਮ ਕਰਦੀਆਂ ਇੱਥੇ ਜਦੋਂ ਤੁਸੀਂ ਆਓਗੇ ਪੀਜ਼ਾ ਖਾਣ ਦੇ ਲਈ। ਪਰ ਇਹ ਤਾਂ ਹੁੰਦਾ ਹੀ ਹੈਗਾ ਆ ਕਿ ਜਦੋਂ ਜਿੱਦਾਂ ਫਰੈਸ਼ ਫਰੈਸ਼ ਉਹਨਾਂ ਦੀ ਸਮਾਈਲਿੰਗ ਹੈਗੀ ਚਿਹਰੇ ਦੇ ਉੱਤੇ, ਜਿੰਨੀ ਸਮਾਈਲਿੰਗ ਦੇ ਨਾਲ ਪੀਜ਼ਾ ਤਿਆਰ ਹੋਊਗਾ ਤੁਹਾਨੂੰ ਉਨੇ ਵਧੀਆ ਲੱਗੂਗਾ ਖਾਣ ਦੇ ਲਈ। ਤਾਂ ਆਹ ਮੈਂ ਹੁਣ ਤੁਹਾਨੂੰ ਕਾਊਂਟਰ ਦਿਖਾਉਣ ਲੱਗਾ ਕਿ ਦੇਖੋ ਕਿੱਦਾਂ ਫਰੈਸ਼ ਸਬਜ਼ੀਆਂ ਬਣੀਆਂ ਹੈਗੀਆਂ। ਔਰ ਜਿਹੜੇ ਮੈਂ ਭਾਈ ਸਾਹਿਬ ਦੀ ਗੱਲ ਕਰ ਰਿਹਾ ਸੀਗਾ, ਇੱਧਰ ਸੱਜੇ ਪਾਸੇ ਆ ਗਏ ਮਿਸਟਰ ਅਨਿਲ ਨਈਅਰ, ਤੁਹਾਨੂੰ ਦੇਖ ਨਹੀਂ ਰਿਹਾ, ਥੋੜ੍ਹੀ ਦੂਰ ਆ, ਬੜੀ ਦੂਰ, ਕੋਈ ਨਹੀਂ ਉਹਨਾਂ ਵੀ ਆਪਾਂ ਗੱਲ ਕਰਦੇ ਹੈਗੇ ਹਾਂ। ਅਤੇ ਆਓ ਪਹਿਲਾਂ ਤੁਹਾਨੂੰ ਮੈਂ ਦਿਖਾ ਲਾਂ
कि एक और भाई साहब बैठे पिज़्ज़ा खाते हैं वो शायर है मैंने कल ही मिले थे। हाँ जी उड़ा नाँ की है सनी सनी शायर हाँ सनी सनी ना है वो लिखी जाते उत्थे बैठे कुछ तो मैं क्या तुम पिज़्ज़े के उत्ते कोई कविता तैयार करो तो आप दिखा दे है पर उस तो पहले मैं तुम दिखा रहा है कि कविता के बिच भी चलूगा कि किदा ताज़ियाँ सब्जियाँ इस्तेमाल होंदियाँ तो याद रखो ट्रेडमार्क पिज़्ज़ा सैकड़े पिज़्ज़े खा के देखे ट्रेडमार्क जैसा पिज़्ज़ा ना कोई एक बारी जरूर खाना इस तो वधिया स्वाद ना कोई बफलो सोस वाइट सोस रैड सोस पास्तो सोस हर रोज़ बदिए फ्रैश डो समाइल फ्रैश इज़ अवर क्वालिटी थैंक यू ट्रेडमार्क पिज़्ज़ा रोज़वेल कैलिफोर्निया थैंक यू गाइज ट्रेडमार्क पिज़्ज़ा। तो ऐसी ही जस्ट कैमरे की नज़र तो साडा अज का है सफ़र। जे तुसी भी इस प्रोग्राम दे विच किसी विशेष कार्यक्रम की कवरेज या किसी ईवेंट की कवरेज कराना चाहते हो तो सानू तुसी info@justbroadcasting.com ते लिख सकते हो। अगले हफ्ते एक नवे सफ़र एक नवे एपीसोड के नाल तुहानू फिर मिलांगे। तद तक लई सत श्री अकाल।